ਹਿਜ਼ਬੁੱਲਾ ਨੂੰ ਇਜ਼ਰਾਈਲ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਤੇ ਹਸਨ ਨੁਰੁੱਲਾ ਤੋਂ ਬਾਅਦ ਇੱਕ ਹੋਰ ਵੱਡੇ ਨੇਤਾ ਦਾ ਖਾਤਮਾ ਕਰ ਦਿੱਤਾ ਹੈ ਤੇ ਹਿਜ਼ਬੁੱਲਾ ਦੇ ਮੁਖੀ ਹਸਨ ਨੁਰੁੱਲਾ ਦੇ ਖਾਤਮੇ ਤੋਂ ਬਾਅਦ ਇਜ਼ਰਾਈਲ ਨੇ ਵੀ ਉਸਦੇ ਸੰਭਾਵੀ ਉੱਤਰ ਅਧਿਕਾਰੀ ਹਮੇਸ਼ ਸਫਦੀਨੀ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਸਫਦੀਨੇ 3 ਹਫ਼ਤੇ ਪਹਿਲਾਂ ਬੇਰੂਤ ਦੇ ਵਿੱਚ ਇੱਕ ਹਵਾਈ ਹਮਲੇ ਦੇ ਵਿੱਚ ਮਾਰਿਆ ਗਿਆ ਸੀ ਤੇ ਪਰ ਹਿਜ਼ਬੁੱਲਾ ਨੇ ਅਜੇ ਤੱਕ ਇਜ਼ਰਾਈਲ ਦੇ ਬਿਆਨ ਤੋਂ ਕੋਈ ਕ੍ਰਿਤਿਕਿਰਿਆ ਜਿਹੜੀ ਆ ਨਹੀਂ ਦਿੱਤੀ ਆ ਹਸਨ ਨੂਰੁੱਲਾ ਤੋਂ ਬਾਅਦ ਇਜ਼ਰਾਈਲ ਨੇ ਇਸ ਵੱਡੇ ਨੇਤਾ ਦਾ ਜਿਹੜਾ ਖਾਤਮਾ ਕਰ ਦਿੱਤਾ ਹੈ ਨਸਰੁੱਲਾ ਦੇ ਰਿਸ਼ਤੇਦਾਰ ਸੈਫੇਦੀਨ ਨੂੰ ਹਿਜਬੁੱਲਾ ਦੀ ਜਿਹਾਦ ਕੋਸ਼ਲ ਦੁਆਰਾ ਨਿਯੁਕਤ ਕੀਤਾ ਗਿਆ ਸੀ ਤੇ ਉਹ ਹਿਜਬੁੱਲਾ ਦੇ ਵਿੱਤੀ ਅਤੇ ਪ੍ਰਸ਼ਾਸਨਿਕ ਮਾਮਲਿਆਂ ਦੀ ਨਿਗਰਾਨੀ ਕਰ ਰਿਹਾ ਸੀ ਉਸ ਨੂੰ ਨਸਰੱਲਾ ਦੇ ਉੱਤਰ ਅਧਿਕਾਰੀ ਵਜੋਂ ਦੇਖਿਆ ਜਾ ਰਿਹਾ ਸੀ ਆ ਤੇ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜਾਮੀਨਾ ਬੈਜਮਿਨ ਨੇਤਰਾਹੁ ਨੇ ਕਿਹਾ ਸੀ ਕਿ ਇਜ਼ਰਾਈਲ ਫੌਜ ਨੇ ਮਾਰੇ ਗਏ ਹਿਜਬੁੱਲਾ ਮੁਖੀ ਹਸਨ ਰੂਲਾ ਦੇ ਉੱਤਰ ਅਧਿਕਾਰੀ ਨੂੰ ਖਤਮ ਕਰ ਦਿੱਤਾ ਹੈ ਹਾਲਾਂਕਿ ਉਸ ਸਮੇਂ ਨਾਂ ਦਾ ਖੁਲਾਸਾ ਨਹੀਂ ਨਾਮ ਦਾ ਖੁਲਾਸਾ ਜਿਹੜਾ ਨਹੀਂ ਕੀਤਾ ਗਿਆ ਸੀ ਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਅ ਗਲੈਂਟ ਨੇ ਵੀ ਕਿਹਾ ਸੀ ਕਿ ਮਾਰੇ ਜਾ ਚੁੱਕੇ ਹਿਜਬੁੱਲਾ ਮੁਖੀ ਹਸਨ ਰੂਲਾ ਦੇ ਸੰਭਾਵੀ ਉੱਤਰ ਅਧਿਕਾਰੀ ਹਾਸ਼ਮ ਸਫੀਦੀਨ ਨੂੰ ਵੀ ਸ਼ਾਇਦ ਮਾਰ ਦਿੱਤਾ ਗਿਆ ਹੈ ਹਿਜਬੱਲਾ ਨੂੰ ਵੱਡਾ ਝਟਕਾ ਲੱਗਾ ਇਜ਼ਰਾਈਲ ਨੇ ਹਸਨ ਰੂਲਾ ਤੋਂ ਬਾਅਦ ਜਿਹੜਾ ਵਾ ਇੱਕ ਹੋਰ ਨੇਤਾ ਦਾ ਖਾਤਮਾ ਕੀਤਾ ਹੈ ਤੇ ਇਜ਼ਰਾਈਲ ਸੈਨਾ ਦਾ ਕਹਿਣਾ ਹੈ ਕਿ ਬੇਰੂਤ ਦੇ ਵਿੱਚ ਤਿੰਨ ਹਫ਼ਤੇ ਪਹਿਲਾਂ ਹਵਾਈ ਹਮਲੇ ਦੇ ਵਿੱਚ ਸੈਫੀਦੀਨ ਨੂੰ ਮਾਰ ਸਿੱਟਿਆ ਸੀਗਾ ਲੇਕਿਨ ਇਜ਼ਰਾਈਲ ਦੇ ਇਸ ਬਿਆਨ ਦੇ ਬਿਆਨ ਤੇ ਹਿਜਬੱਲਾ ਨੇ ਹਜੇ ਤੱਕ ਕੋਈ ਪ੍ਰਤੀਕਿਰਿਆ ਜਿਹੜੀ ਨਹੀਂ ਦਿੱਤੀ ਹੈ ਨਸਰਲਾ ਦੇ ਰਿਸ਼ਤੇਦਾਰ ਸੈਫੀਦੀਨ ਨੂੰ ਹਿਜਬੱਲਾ ਦੀ ਜਿਹਾਦ ਕੌਂਸਲ ਨੇ ਨਿਯੁਕਤ ਕੀਤਾ ਸੀ ਹਿਜਬੁੱਲਾ ਦੇ ਵਿੱਤੀ ਅਤੇ ਪ੍ਰਸ਼ਾਸਨਿਕ ਮਾਮਲੇ ਨੂੰ ਦੇਖ ਕਰ ਹੀ ਦੇਖ ਰੇਖ ਦੇ ਵਿੱਚ ਹੀ ਉਹਨਾਂ ਨੇ ਨਸਰ ਲਾਹ ਦੇ ਉੱਤਰ ਅਧਿਕਾਰੀ ਦੇ ਤੌਰ ਤੇ ਉਸ ਨੂੰ ਦੇਖਿਆ ਜਾ ਰਿਹਾ ਸੀਗਾ ਤੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਇਜ਼ਰਾਇਲੀ ਪੀਐਮ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਸੀ ਕਿ ਇਜ਼ਰਾਇਲ ਸੈਨਾ ਨੇ ਹਿਜਬੁੱਲਾ ਦੇ ਮਾਰੇ ਜਾ ਚੁੱਕੇ ਚੀਫ ਹਸਨ ਨਸਰ ਲਾਹ ਦੇ ਉੱਤਰ ਅਧਿਕਾਰੀ ਨੂੰ ਖਤਮ ਕਰ ਦਿੱਤਾ ਹੈ ਹਾਲਾਂਕਿ ਉਸ ਸਮੇਂ ਨਾਮ ਦਾ ਖੁਲਾਸਾ ਜਿਹੜਾ ਉਹ ਨਹੀਂ ਕੀਤਾ ਸੀ ਦਾਲਤੇ ਕਿ ਮਿਡਲ ਈਸਟ ਦੇ ਵਿੱਚ ਤਣਾਅ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਜ਼ਰਾਈਲ ਅਤੇ ਲਿਬਨਾਨ ਦੇ ਵਿੱਚ ਜਾਰੀ ਜਿਹੜਾ ਤਣਾਅ ਉਹ ਹੋਰ ਡੂੰਘਾ ਜਿਹੜਾ ਹੁੰਦਾ ਜਾ ਰਿਹਾ ਹੈ ਤੇ ਹੁਣ ਹਸਨ ਨੂਰੁੱਲਾ ਤੋਂ ਬਾਅਦ ਇਜ਼ਰਾਈਲ ਨੇ ਇਸ ਵੱਡੇ ਜਿਹੜੇ ਆ ਨੇਤਾ ਦਾ ਵੀ ਖਾਤਮਾ ਕਰ ਦਿੱਤਾ ਨੂਰੁੱਲਾ ਦੇ ਰਿਸ਼ਤੇਦਾਰ ਸੈਫੀਦੀਨੂ ਹਿਜਬੁੱਲਾ ਦੀ ਜਿਹਹਾਦ ਕੌਂਸਲ ਦੁਆਰਾ ਨਿਯੁਕਤ ਕੀਤਾ ਗਿਆ ਸੀ ਤਾਂ ਉਹ ਹਿਜਬੁੱਲਾ ਦੇ ਵਿੱਤੀ ਅਤੇ ਪ੍ਰਸ਼ਾਸਨਿਕ ਮਾਮਲਿਆਂ ਦੀ ਨਿਗਰਾਨੀ ਕਰ ਰਿਹਾ ਸੀ ਉਸ ਨੂੰ ਨਸਰੱਲਾ ਦੇ ਉੱਤਰ ਅਧਿਕਾਰੀ ਵਜੋਂ ਦੇਖਿਆ ਜਾ ਰਿਹਾ ਸੀ ਮਾਰੇਗੇ 400 ਤੋਂ ਵੱਧ ਹਿਜਬੁੱਲਾ ਕਾਰਕੁੰਨ ਨੇ ਮੱਧ ਪੂਰਬ ਦੇ ਵਿੱਚ ਤਣਾਅ ਤੇਜ਼ੀ ਨਾਲ ਵਧ ਰਿਹਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਮਾਮਲੇ ਦੇ ਵਿੱਚ ਇਜ਼ਰਾਈਲ ਅਤੇ ਲਿਬਨਾਨ ਲਿਬਨਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਹੋਰ ਡੂੰਘਾ ਕਰ ਸਕਦੇ ਨੇ ਕਿਉਂਕਿ ਦੱਖਣੀ ਲਿਬਨਾਨ ਦੇ ਵਿੱਚ ਇਜ਼ਰਾਈਲ ਮਾਮਲਿਆਂ ਨਾਲ ਮਾਮਲਿਆਂ ਇਜ਼ਰਾਈਲ ਹਮਲਿਆਂ ਕਾਰਨ ਸਥਿਤੀ ਪਹਿਲਾਂ ਹੀ ਗੰਭੀਰ ਬਣੀ ਹੋਈ ਹੈ ਤੇ ਇਜ਼ਰਾਈਲ ਰੱਖਿਆ ਬਲਾ ਨੇ ਦਾਵਾ ਕੀਤਾ ਕਿ ਦੱਖਣੀ ਲਿਬਨਾਨ ਦੇ ਵਿੱਚ ਚੱਲ ਰਹੇ ਜ਼ਮੀਨੀ ਕਾਰਵਾਈਆਂ ਦੌਰਾਨ ਹੁਣ ਤੱਕ 400 ਤੋਂ ਵੱਧ ਹਿਜ਼ਬੁੱਲਾ ਦੇ ਕਾਰਕੁਨਾਂ ਨੂੰ ਮਾਰ ਦਿੱਤਾ ਗਿਆ ਤੇ ਇਨ੍ਹਾਂ ਆਪਰੇਟਿਵਾਂ ਦੇ ਵਿੱਚ ਕਈ ਖੇਤਰੀ ਕਮਾਂਡਰ ਵੀ ਜਿਹੜੇ ਆ ਉਹ ਸ਼ਾਮਲ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par